ਸਤਿਕਾਲ ਦੋਸਤੋ, ਮੈਂ ਜਿੰਮੀ ਦੰਦੀਵਾਲ। ਅੱਜ ਦਾ ਜਿਹੜਾ ਆਪਣਾ ਇਹ ਵਿਸ਼ਾ ਗੱਲ ਕਰਨ ਦਾ, ਇਹ ਹੈਗਾ ਵੀ ਜਿਹੜਾ ਆਪਣਾ ਕਿਸਾਨ ਘਾਟੇ 'ਚ ਜਾ ਰਿਹਾ, ਫਸਲਾਂ 'ਤੇ ਖਰਚਾ ਜ਼ਿਆਦਾ ਹੈ, ਮੁਨਾਫਾ ਨਹੀਂ ਹੋ ਰਿਹਾ, ਅਤੇ ਇੱਕ ਜਿਹੜਾ ਇਹ ਫਸਲੀ ਚੱਕਰ 'ਚ ਫਸ ਚੁੱਕਿਆ, ਕਣਕ ਝੋਨਾ ਅਤੇ ਆਪਣੀਆਂ ਇਹ ਰਵਾਇਤੀ ਫਸਲਾਂ 'ਚ ਫਸ ਚੁੱਕਿਆ, ਇਹ 'ਚੋਂ ਆਪਾਂ ਕਿਵੇਂ ਕੱਢ ਸਕਦੇ ਹਾਂ। ਆਪਣਾ ਇੱਕ ਤਰ੍ਹਾਂ ਸਲਾਹ ਗਈ, ਆਪਾਂ ਤਾਂ ਇਹ ਚੀਜ਼ ਅਪਣਾ ਹੀ ਰਹੇ ਹਾਂ ਵੀ ਤੁਸੀਂ ਆਪਾਂ ਨੂੰ ਇਹ ਗੱਲ ਜੋ ਸਲਾਹ ਆਪਾਂ ਕਰਾਂਗੇ ਜਾਂ ਗੱਲ ਕਰਾਂਗੇ, ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਸ ਨਾਲ ਕੋਈ ਫਾਇਦਾ ਹੋ ਸਕਦਾ ਜਾਂ ਨਹੀਂ ਹੋ ਸਕਦਾ। ਅਸੀਂ ਤਾਂ ਥੋੜ੍ਹੀ ਥੋੜ੍ਹੀ ਅਪਲਾਈ ਕਰ ਰਹੇ ਹਾਂ, ਸ਼ਾਇਦ ਸਾਨੂੰ ਥੋੜ੍ਹਾ ਫਰਕ ਵੀ ਲੱਗ ਰਿਹਾ, ਅਤੇ ਇਹ ਚੀਜ਼ ਨਾਲ ਕੋਈ ਫਰਕ ਪਊਗਾ ਜਾਂ ਨਹੀਂ ਪਊਗਾ। ਜੇਕਰ ਤੁਹਾਨੂੰ ਆਪਣੀ ਇਹ ਗੱਲ ਵਧੀਆ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਆਪਣੀ ਗੱਲ ਨਾ ਠੀਕ ਹੋਈ ਤਾਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ, ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ। ਆਪਾਂ ਗੱਲ ਕਰਦੇ ਹਾਂ ਵੀ ਜਦੋਂ ਤੋਂ ਆਪਾਂ ਇਹ ਫਸਲੀ ਚੱਕਰ 'ਚ ਆਏ ਹਾਂ, ਝਾੜ ਵਧਾਇਆ ਕਣਕ ਦਾ ਅਤੇ ਝੋਨੇ ਵੱਲ ਆਇਆ, ਆਪਾਂ ਕੁਦਰਤ ਨਾਲ ਛੇੜਛਾੜ ਕਰੀ ਹੈ। ਆਪਾਂ ਕੀ ਕੀਤਾ, ਪਹਿਲਾਂ ਤਾਂ ਦਰੱਖਤ ਜ਼ਿਆਦਾ ਸਾਰੇ ਬੰਦਿਆਂ ਨੇ, ਕਿਸਾਨਾਂ ਨੇ ਦਰੱਖਤ ਖੇਤਾਂ 'ਚੋਂ ਵੱਢੇ ਨੇ, ਠੀਕ ਆ, ਅਤੇ ਜ਼ਮੀਨਾਂ ਪੱਧਰੀਆਂ ਹੋ ਗਈਆਂ। ਆਪਾਂ ਫਸਲ ਵਧਾਉਣ ਦੇ ਜ਼ਿਆਦਾ ਜ਼ੋਰ ਦਿੱਤਾ ਵੀ ਝਾੜ ਜ਼ਿਆਦਾ ਹੋਵੇ, ਫਸਲ ਜ਼ਿਆਦਾ ਹੋਵੇ, ਪੈਸਾ ਜ਼ਿਆਦਾ ਹੋਵੇ। ਆਪਾਂ ਫਸਲ ਵੀ ਵਧਾ ਲਈ, ਝਾੜ ਵੀ ਵਧਾ ਲਿਆ, ਪਰ ਕਿਸਾਨ ਘਾਟੇ 'ਚ ਹੀ ਗਿਆ, ਅੱਜ ਕਿਸਾਨ ਕਰਜ਼ੇ 'ਚ ਹੀ ਹੈ, ਠੀਕ ਆ। ਜੇ ਦਰੱਖਤ ਜਿਹੜੇ 10-15-20 ਦਰੱਖਤ ਆਪਣੇ ਹਰੇਕ ਬੰਦੇ ਦੇ, ਕਿਸੇ ਕੋਲ 5 ਕਿੱਲੇ 10 ਹੈ, ਜਿੰਨੇ ਵੀ ਦਰੱਖਤ 'ਚ ਆਪਾਂ ਸਾਰੇ ਵੱਢਤੇ, ਫਿਰ ਵੀ ਆਪਾਂ ਕਿਹੜਾ ਜ਼ਿਆਦਾ ਅਮੀਰ ਹੋ ਗਏ, ਜਾਂ ਆਪਾਂ ਨੂੰ ਕੋਈ ਬਾਹਲਾ ਫਾਇਦਾ ਹੋ ਗਿਆ, ਜਾਂ ਬਾਹਲਾ ਜ਼ਿਆਦਾ ਝਾੜ ਵੱਧ ਗਿਆ, ਜਾਂ ਤਾਂ ਆਪਾਂ ਡਾਊਨ 'ਚ ਹੀ ਰਹੇ ਨਾ, ਜਾਂ ਤਾਂ ਖੇਤੀ ਘਾਟੇ 'ਚ ਹੀ ਰਹੀ ਹੈ ਵੀ। ਪਰ ਆਪਾਂ ਆਪਣੇ ਪਿਛੋਕੜ ਨੂੰ ਭੁੱਲ ਗਏ, ਪਹਿਲਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ। ਜਿਹੜੇ ਉਹ ਦਰੱਖਤ ਹੁੰਦੇ ਆ ਉਹਨਾਂ 'ਤੇ ਆਪਣੇ ਮਿੱਤਰ ਪੰਛੀਆਂ ਨੇ ਬੈਠਣਾ ਹੁੰਦਾ, ਉਹਨਾਂ ਨੇ ਚੂਹੇ ਵੀ ਖਾਣੇ ਹੁੰਦੇ ਆ, ਕੀੜੇ ਮਾਰ ਵੀ, ਕਈ ਚੀਜ਼ਾਂ ਉਹਨਾਂ ਨੇ ਖਾਣੀਆਂ ਹੁੰਦੀਆਂ, ਉਹਨਾਂ ਨੇ ਆਪਣੀ ਮਦਦ ਹੀ ਕਰਨੀ ਹੁੰਦੀ ਆ। ਪਰ ਆਪਾਂ ਜ਼ਿਆਦਾ ਰਿਹਾਂ ਸਪਰੇਹਾਂ 'ਤੇ ਡਿਪੈਂਡ ਹੋ ਗਏ, ਠੀਕ ਹੈ। ਇਹ ਚੀਜ਼ ਦਾ ਵੀ ਆਪਾਂ ਨੂੰ ਕੁਦਰਤ ਨਾਲ ਆਪਾਂ ਧੱਕਾ ਕੀਤਾ, ਅਤੇ ਕੁਦਰਤ ਨੇ ਜੋ ਫਿਰ ਆਪਾਂ ਨੂੰ ਦਿਖਾਇਆ, ਆਪਾਂ ਹੁਣ ਦੀ ਸਪੋਰਟ ਹੁਣ ਘਾਟੇ 'ਚ ਆ, ਹੁਣ ਆਪਾਂ ਇਹ 'ਚੋਂ ਨਿਕਲ ਵੀ ਨਹੀਂ ਰਹੇ, ਫਸ ਵੀ ਗਏ, ਠੀਕ ਹੈ। ਅਤੇ ਆਪਾਂ ਆਪਦੀ ਜਿਹੜੀ ਜ਼ਮੀਨ ਆ, ਜਿਹਨੂੰ ਆਪਾਂ ਆਪਦਾ ਮਾਂ ਕਹਿੰਦੇ ਹਾਂ ਵੀ ਜ਼ਮੀਨ ਮੇਰੀ ਮਾਂ ਗੀ, ਅਤੇ ਆਪਾਂ ਜ਼ਮੀਨ ਕੋਈ ਬੰਦੇ ਠੇਕੇ 'ਤੇ ਦੇ ਦਿੰਦੇ ਆ, ਕਈ ਵਾਰੀ ਖੁਦ ਜਿਹਨਾਂ ਕੋਲ ਆਪਦੀ ਜ਼ਮੀਨ ਹੈ, ਆਪਾਂ ਉਹ 'ਚ ਅੰਨੇ ਬਾਅਦ DAP ਯੂਰੀਆ ਜੋ ਸਿੱਟੀ ਤੁਰੇ ਆਉਂਦੇ ਹਾਂ, ਆਪਾਂ ਉਹਦੀ ਕੋਈ ਸਿਹਤ ਦਾ ਖਿਆਲ ਨਹੀਂ ਰੱਖ ਰਹੇ, ਸਿਰਫ ਆਪਾਂ ਨੂੰ ਇੱਕ ਝਾੜ ਦਾ ਹੋ ਹੈ। ਝਾੜ ਆਪਾਂ ਵਧਾ ਵਧਾ ਦੇਖ ਲਿਆ ਵੀ ਫਾਇਦੇ 'ਚ ਤਾਂ ਛੋਟਾ ਕਿਸਾਨ ਤਾਂ ਗਿਆ ਨਹੀਂ, ਵੱਡੇ ਦਾ ਚਲੋ ਆਪਾਂ ਨੂੰ ਪਤਾ ਨਹੀਂ ਹੈ ਨਾ, ਜਿਹਦੇ ਕੋਲ ਸਾਰੀ ਮਸ਼ੀਨਰੀ ਹੈ, ਛੋਟਾ ਕਿਸਾਨ ਸਾਰੀ ਮਸ਼ੀਨਰੀ ਲੈ ਵੀ ਨਹੀਂ ਸਕਦਾ, ਕਈ ਗੱਲਾਂ ਦਾ ਫਰਕ ਹੈ। ਫਿਰ ਕਿਉਂ ਨਾ ਆਪਾਂ ਥੋੜ੍ਹਾ ਜਿਹਾ ਬੈਕ ਨੂੰ ਆਈਏ, ਜਿਵੇਂ ਪਹਿਲਾਂ ਹੁੰਦਾ ਸੀ, ਇਦੋਂ 20-30 ਸਾਲ ਪਹਿਲਾਂ ਹੁੰਦਾ ਸੀ। ਪਹਿਲੀ ਗੱਲ ਤਾਂ ਆਪਾਂ ਚੀਜ਼ਾਂ ਮੁੱਲ ਲੈਣ ਲੱਗ ਗਏ ਜਿਨ੍ਹਾਂ ਦੀ ਆਪਾਂ ਨੂੰ ਲੋੜ ਨਹੀਂ, ਮਤਲਬ ਕਿ ਸਬਜ਼ੀ ਭਾਜੀ ਫਲ ਕੁੱਲ ਚੀਜ਼ ਆਪਣੇ ਚੀਜ਼ ਜਦੋਂ ਆਪਣੇ ਖੇਤ 'ਚ ਆਪਣੇ ਉੱਗ ਸਕਦੀ ਹੈ, ਫਿਰ ਆਪਾਂ ਨੂੰ ਮੁੱਲ ਲੈਣ ਦੀ ਲੋੜ ਆ। ਪਹਿਲਾਂ ਤਾਂ ਆਪਾਂ ਉਹ ਖਰਚਾ ਘਟਾਈਏ, ਸਾਲ 'ਚ ਜਿੰਨੇ ਵਾਰੀ ਆਪਾਂ ਸਬਜ਼ੀ ਲੈਂਦੇ ਹਾਂ, ਜਿੰਨੀਆਂ ਦਾਲਾਂ ਆਪਾਂ ਉਗਾ ਸਕਦੇ ਹਾਂ, ਜੋ ਲਾਲ ਮਿਰਚ ਹਲਦੀ ਜੋ ਆਪਾਂ ਆਪਦੀ ਕੁਦਰਤ ਵੱਲ ਲਾਈਏ, ਪਹਿਲਾ ਫਾਇਦਾ ਤਾਂ ਇਹ ਵੀ ਆਪਣੀ ਖਰਚਾ ਘਟੂ, ਦੂਜਾ ਆਪਾਂ ਆਪਦਾ ਸ਼ੁੱਧ ਉਗਾਇਆ ਸ਼ੁੱਧ ਖਾਵਾਂਗੇ। ਜਿਵੇਂ ਇਹ ਸਾਡੇ ਕੋਲ ਇੰਨੀ ਜਗ੍ਹਾ ਛੱਡੀ ਹੋਇਆ, ਅਸੀਂ ਇਹਦੇ 'ਚ ਆਪਦੇ ਪਰਿਵਾਰ ਜੋਗੇ ਹਰੇਕ ਫਲ ਦੇ 10-10 ਬੂਟੇ ਲਾ ਚੁੱਕੇ ਹਾਂ, ਸਾਲ ਨੂੰ ਫਲ ਦੇ ਜਾਣਗੇ, 2 ਸਾਲ ਹੋ ਗਏ ਲਾਇਆ ਨੂੰ, ਕਿੰਨੂ, ਅਮਰੂਦ, ਚੀਕੂ, ਪਪੀਤਾ, ਕੇਲਾ, ਕੁੱਲ ਅਸੀਂ ਸਬਜ਼ੀ ਆਪਦੀ ਉਰੇ ਉਗਾਉਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਕੁਛ ਬਚਦੀ ਹੈ ਤਾਂ ਅਸੀਂ ਥੋੜ੍ਹੀ ਮੋਟੀ ਕਿਸਮ ਦਿੰਦੇ ਹਾਂ, ਹਲਦੀ, ਅਦਰਕ, ਲਸਣ, ਗੰਡਾ, ਜੋ ਚੀਜ਼, ਇਹ ਚੀਜ਼ਾਂ ਜਿਹੜੇ ਕਿਸਾਨ ਛੋਟੇ ਕਿਸਾਨ ਆ, ਚਾਹੇ ਜਿਹੜੇ ਇਹ ਚੀਜ਼ 'ਚ ਫਸ ਚੁੱਕੇ ਆ, ਪਹਿਲਾਂ ਇਸੇ ਖਰਚੇ ਨੂੰ ਮੈਨੇਜ ਕਰਕੇ ਚੱਲੋਗੇ ਤਾਂ ਸ਼ਾਇਦ ਉਹਨੂੰ ਥੋੜ੍ਹਾ ਮੋਟਾ ਅੱਗੇ 2-4 ਬੰਦਿਆਂ ਨੂੰ ਆਪਾਂ ਵੇਚਾਂਗੇ ਜਾਂ ਦੇਵਾਂਗੇ, ਤੁਹਾਡਾ ਵੀ ਫਾਇਦਾ ਹੋ। ਕਨਾਲ ਜ਼ਮੀਨ ਨਾਲ ਜਾਂ 2 ਕਨਾਲਾਂ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ, ਆਪਾਂ ਦਰੱਖਤ ਵੀ ਵੱਢ ਕੇ ਦੇਖ ਲਏ, ਵੱਟਾਂ ਵੀ ਵੱਢ ਕੇ ਦੇਖ ਲਈਆਂ, ਪਰ ਆਪਣਾ ਫਾਇਦਾ ਨਹੀਂ ਹੋਇਆ। ਝਾੜ ਵਧਾਉਣ ਨਾਲ ਜਾਂ ਥੋੜ੍ਹੇ ਮੋਟੇ ਉਸ ਨਾਲ ਆਪਣਾ ਫਰਕ ਨਹੀਂ ਪਿਆ, ਆਪਾਂ ਨੂੰ ਚੇਂਜ ਹੋਣਾ ਪੈਣਾ, ਇਹ ਚੀਜ਼ 'ਚੋਂ ਨਿਕਲਣਾ ਪੈਣਾ। ਪਹਿਲੀ ਗੱਲ ਤਾਂ ਇਹ ਸੋਚਣੀ ਹੈ ਵੀ ਜੋ ਚੀਜ਼ ਇੱਥੇ ਉੱਗ ਸਕਦੀ ਹੈ ਉਹ ਆਪਾਂ ਆਪਦੀ ਉਗਾ ਕੇ ਖਾਵਾਂਗੇ, ਸਾਦਾ ਖਾਵਾਂਗੇ, ਕੋਈ ਚੀਜ਼ ਮੁੱਲ ਲੈਣ ਦੀ ਕੋਸ਼ਿਸ਼ ਕਰਾਂਗੇ ਬਾਜ਼ਾਰ 'ਚੋਂ ਜਿਹੜੀ ਚੀਜ਼ ਮੇਰਾ ਜਮਾ ਨਹੀਂ ਸਰਦਾ। ਹੁਣ ਕਦੇ ਇਕੱਲੇ ਬੈਠ ਕੇ ਸੋਚਿਓ ਜ਼ਰੂਰ ਵੀ ਕਿਹੜੀ ਚੀਜ਼ ਉਰੇ ਨਹੀਂ ਹੋ ਸਕਦੀ। ਸ਼ਾਇਦ ਇੱਕ ਜਿਵੇਂ ਮੈਂ ਕਈ ਕਿਸਾਨਾਂ ਦੀਆਂ ਇੰਟਰਵਿਊ ਵਗੈਰਾ ਸੁਣੀਆਂ ਨੇ, ਇੱਕ ਤਾਂ ਚਾਹ ਪੱਤੀ ਹੈ, ਇੱਕ ਲੂਣ ਹੈ, ਠੀਕ ਹੈ, ਜਾਂ ਕੁਛ ਕੁ ਚੀਜ਼ਾਂ ਹੋਰ ਹੋਣੀਆਂ। ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਮਹਿੰਗਾ ਫਲ ਹੀ ਖਾਣਾ ਹੁੰਦਾ, ਵੀ ਜਿਵੇਂ ਮੰਨ ਲਓ ਕੀਵੀ ਖਾਣਾ, ਡਰੈਗਨ ਫਰੂਟ ਖਾਣਾ, ਠੀਕ ਹੈ, ਕੀਵੀ ਕਦੋਂ ਦਾ ਕਿਸੇ ਦੇਸ਼ 'ਚੋਂ ਟੁੱਟਿਆ, ਕਦੋਂ ਉਹ ਕੋਲਡ ਸਟੋਰਾਂ ਰਾਹੀਂ ਆਇਆ, ਕਦੋਂ ਆਪਾਂ ਖਾਧਾ, ਬੇਹਾ ਸੀ ਜਾਂ ਜਿਵੇਂ ਵੀ ਸੀ,
ਇਹਦੇ ਨਾਲ ਤਾਂ ਰੁੱਤ ਦਾ ਹੋਵੇ ਚਾਹੇ ਖੀਰਾ ਹੋਵੇ ਤਰ ਹੋਵੇ ਆਪਾਂ ਮੌਕੇ ਤੋੜੀ ਮੌਕੇ 'ਤੇ ਖਾਧੀ ਠੀਕ ਆ ਆਪਦੀ ਸਾਦੀ ਚੀਜ਼ ਆਪਦੀ ਅਗਾਈ ਖਾ ਲਈ ਆਪਾਂ ਨਾ ਖਾਵਾਂਗੇ ਮਹਿੰਗੀ ਚੀਜ਼ ਠੀਕ ਆ ਇਹਨਾਂ ਸਾਰੀਆਂ ਚੀਜ਼ਾਂ ਵੱਲ ਆਪਾਂ ਨੂੰ ਧਿਆਨ ਦੇਣਾ ਪਊ ਕਿਸਾਨ ਨੂੰ ਦਾ ਜਿਹੜਾ ਸਭ ਤੋਂ ਵੱਡਾ ਚੱਕਰ ਪਿਆ ਨਵੀਂ ਜਨਰੇਸ਼ਨ ਦਾ ਆਪਦੀ ਵੱਡੀ ਜਨਰੇਸ਼ਨ ਨਾਲੋਂ ਟੁੱਟ ਜਾਣਾ ਵੱਡੀ ਜਨਰੇਸ਼ਨ ਕੋਲ ਤਜਰਬਾ ਬਹੁਤ ਜ਼ਿਆਦਾ ਸੀ ਨਵੀਂ ਜਨਰੇਸ਼ਨ ਮੋਬਾਈਲਾਂ ਨੇ ਉਲਝਾ ਲਈ ਮੋਬਾਈਲ ਮਾੜੀ ਚੀਜ਼ ਨਹੀਂ ਮੋਬਾਈਲ 'ਤੇ ਮਾਰਕੀਟਿੰਗ ਕਰਨੀ ਬਹੁਤ ਸੌਖੀ ਆ ਚੀਜ਼ ਪੈਦਾ ਕਰੋ ਮੋਬਾਈਲ 'ਤੇ ਪਾਓ ਅੱਜ ਨਹੀਂ ਵਿਕੂ ਕੱਲ੍ਹ ਨਹੀਂ ਵਿਕੂ ਤੁਹਾਡੀ ਚੀਜ਼ ਚੰਗੀ ਹੋਈ ਤੁਹਾਡੀ ਚੀਜ਼ 'ਚ ਹੋਇਆ ਗੁਣ ਚੀਜ਼ ਤੁਹਾਡੀ ਵਿਕਣੀ ਆ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੇ ਹਾਂ ਜ਼ਿਆਦਾਤਰ ਹੁਣ ਲੋਕ ਨਹੀਂ ਧਿਆਨ ਦੇ ਰਹੇ ਜੋ ਚੀਜ਼ ਆ ਰਹੀ ਆ ਉਹੀ ਖਾਈ ਜਾ ਰਹੇ ਆ ਪਰ 5% 10% ਇਹੋ ਜਿਹੀ ਲੋਬੀ ਵੀ ਹੈਗੀ ਹੈ ਜਿਹੜੀ ਲੱਭਦੀ ਫਿਰਦੀ ਆ ਸਰਚ ਕਰਦੀ ਫਿਰਦੀ ਆ ਮੈਨੂੰ ਕਿੱਥੋਂ ਚੰਗੀ ਚੀਜ਼ ਮਿਲੇ ਸ਼ੁੱਧ ਮਿਲੇ ਮੈਂ ਉਹ ਖਾਣੀ ਆ ਪਰ ਹਾਂ ਜ਼ਿਆਦਾ ਡਿਮਾਂਡ ਨਹੀਂ ਹੈਗੀ ਹੈਗੀ ਆ ਰੇਅਰ ਪਰ ਹੈਗੀ ਆ ਅਮੀਰ ਲੋਬੀ ਕਰਦੀ ਆ ਜਿੰਨੇ ਮਰਜ਼ੀ ਪੈਸੇ ਪੇ ਕਰਨ ਨੂੰ ਤਿਆਰ ਆ ਪਰ ਉਹਨਾਂ ਨੂੰ ਚੀਜ਼ ਮਿਲ ਨਹੀਂ ਰਹੀ ਜੇ ਆਪਾਂ ਸੋਸ਼ਲ ਮੀਡੀਆ ਦਾ ਸਹੀ ਯੂਜ਼ ਕਰੀਏ ਤਾਂ ਆਪਾਂ ਇਹ ਚੀਜ਼ ਕਰ ਸਕਦੇ ਹਾਂ ਅਤੇ ਆਪਾਂ ਨੂੰ ਕਰਨੀ ਵੀ ਚਾਹੀਦੀ ਹੈ ਠੀਕ ਆ ਇਹ ਚੀਜ਼ ਨੂੰ ਨਵੀਂ ਜਨਰੇਸ਼ਨ ਨੂੰ ਆਪਣੇ ਦਾਦੇ ਨਾਲ ਆਪਦੇ ਪਿਓ ਨਾਲ ਰਲ ਕੇ ਖੇਤੀ ਨੂੰ ਆਪਾਂ ਇੱਕ ਨਵੀਂ ਟੈਕਨੀਕ ਨਾਲ ਨਾਲੇ ਕੋਈ ਆਪਾਂ ਜ਼ਿਆਦਾ ਵੱਡੀ ਚੇਂਜ ਨਹੀਂ ਕਰ ਰਹੇ ਸਿਰਫ ਕਨਾਲ ਤੋਂ ਸ਼ੁਰੂ ਕਰੋ ਆਪਦੇ ਪਰਿਵਾਰ ਜੋਗੀ ਉਗਾਓ ਤੁਸੀਂ ਆਪ ਤੁਹਾਡਾ ਖਰਚਾ ਘੱਟਦਾ ਲੱਗਿਆ ਤੁਹਾਨੂੰ ਸਬਜ਼ੀ ਭਾਜੀ ਤੌਰ 'ਤੇ ਤਾਂ ਸ਼ਾਇਦ ਹੋਰ ਵੀ ਫਰਕ ਇੱਕ ਜਿਹੜੇ ਆਪਣੇ ਖੇਤ ਨੇ ਹੁਣ ਆ ਤੁਸੀਂ ਆਪਣਾ ਸਾਰਾ ਖੇਤ ਦੇ ਚੁੱਕੇ ਹੋ ਠੀਕ ਆ ਚਲੋ ਅਸੀਂ ਕਿੰਨੇ ਜ਼ਿਆਦਾ ਦਰੱਖਤ ਲਾ ਰੱਖਿਆ ਕਿੰਨਾ ਜ਼ਿਆਦਾ ਇੱਥੇ ਪਹਿਲੀ ਗੱਲ ਤਾਂ ਗਰਮੀ ਨਹੀਂ ਪੈਂਦੀ ਟੈਂਪਰੇਚਰ ਦਾ ਬਹੁਤ ਫਰਕ ਰਹਿੰਦਾ ਬਾਕੀ ਯਾਰ ਆਪਣਾ ਖੇਤ ਇੰਨਾ ਜ਼ਿਆਦਾ ਵਧੀਆ ਬਣਾਓ ਬੈਠ ਉੱਠਣ ਦਾ ਬਣਾਓ ਵੀ ਉੱਥੋਂ ਆਉਣ ਨੂੰ ਜੀ ਨਾ ਕਰੇ ਜਦੋਂ ਉੱਥੇ ਆਪਣਾ ਜੀ ਲੱਗੂਗਾ ਉੱਥੇ ਆਪਾਂ ਕੁਛ ਨਾ ਕੁਛ ਕਰਾਂਗੇ ਜਦੋਂ ਉੱਥੇ ਬੈਠਣ ਉੱਠਣ ਨੂੰ ਥਾਂ ਨਹੀਂ ਹੋਊ ਦਰੱਖਤ ਨਹੀਂ ਹੋਣਗੇ ਕੁਛ ਵੀ ਨਹੀਂ ਹੋਊਗਾ ਉਹਦੇ ਜੀ ਕਿਵੇਂ ਲੱਗੂਗਾ ਆਪਦੇ ਖੇਤ ਨੂੰ ਟਾਈਮ ਦਿਓ ਠੀਕ ਆ ਉੱਥੇ ਜ਼ਿਆਦਾ ਤੋਂ ਜ਼ਿਆਦਾ ਟਾਈਮ ਰਹੋ ਬੈਠੋ ਦਰੱਖਤ ਲਗਾਓ ਠੀਕ ਆ ਨੇਚਰ ਨਾਲ ਜੁੜੋ ਇਹ ਹੁਣ ਮੇਰੇ ਬਾਪੂ ਜੀ ਬੈਠੇ ਨੇ ਠੀਕ ਆ ਅਤੇ ਇਹਨਾਂ ਦਾ ਮੰਨ ਲਓ ਵੀ ਡੇਲੀ ਦੀ 20 ਤੋਂ 25 ਸਾਲ ਤੱਕ ਕੋਈ ਇੱਥੇ ਨਾਗਾ ਨਹੀਂ ਹੈਗਾ ਵੀ ਆਉਂਦੇ ਨਹੀਂ ਹੈਗੇ ਖੇਤ ਠੀਕ ਆ ਡੇਲੀ ਦੀ 12 ਤੋਂ 13 ਘੰਟਿਆਂ ਦੀ ਡੇਲੀ ਦੀ ਹਾਜ਼ਰੀ ਹੈ ਠੀਕ ਆ ਇਹ ਦੇਖੋ ਪੰਛੀ ਆ ਹੋਰ ਪੰਛੀ ਆ ਮਤਲਬ ਕਿ ਟਾਈਮ ਹੀ ਇੰਨਾ ਜ਼ਿਆਦਾ ਦਿੱਤਾ ਇਹਨਾਂ ਨੇ ਆਪਦੇ ਖੇਤ ਨੂੰ ਲਾ ਲਓ ਫਾਰਮ ਨੂੰ ਲਾ ਲਓ ਹੈ ਨਾ ਵੀ ਇੱਥੇ ਵਧੀਆ ਮਾਹੌਲ ਸਿਰਜਿਆ ਗਿਆ ਕੋਈ ਵੀ ਮਿੱਤਰ ਪਿਆਰਾ ਆਪਣੀ ਵੀਡੀਓ ਦੇਖਦਾ ਉਹ ਕਹਿੰਦਾ ਯਾਰ ਵੀ ਹਾਂ ਜਿੰਮੀ ਤੁਹਾਡੇ ਖੇਤ ਬਹੁਤ ਜੀ ਲੱਗਦਾ ਪਰ ਇਹ ਚੀਜ਼ ਇੱਕਦਮ ਨਹੀਂ ਹੋ ਗਈ ਇਹ ਸ਼ੁਰੂ ਤੋਂ ਮਤਲਬ ਕਿ ਬੰਦੇ ਨੂੰ ਸ਼ੌਂਕ ਸੀ ਜੇ ਉਹ ਜੁੜੇ ਤਾਂ ਸ਼ਾਇਦ ਅੱਜ ਮੈਂ ਗੱਲ ਕਰ ਰਿਹਾ ਮੇਰੀ ਜਨਰੇਸ਼ਨ ਦੇ ਬੰਦੇ ਵੀ ਸ਼ਾਇਦ ਬਹੁਤ ਘੱਟ ਗੱਲ ਕਰਦੇ ਨੇ ਘੱਟ ਜੁੜੇ ਹੋਏ ਨੇ ਖੇਤਾਂ ਨਾਲ ਮੈਂ ਕਿਉਂ ਕੀਤੀ ਸ਼ਾਇਦ ਮੈਂ ਵੀ ਨਾ ਕਰਦਾ ਜੇ ਇੰਨਾ ਜ਼ਿਆਦਾ ਇਹ ਨਾ ਜੁੜੇ ਹੁੰਦੇ ਠੀਕ ਆ ਮੈਂ ਅੱਜ ਗੱਲ ਕਰ ਰਿਹਾ ਤਾਂ ਹੀ ਮੈਨੂੰ ਹੁਣ ਮੈਂ ਖੇਤ ਆਉਣਾ ਜਾਂਦਾ ਖੇਤ ਕੰਮ ਮਦਦ ਵੀ ਕਰਾ ਦੇਈਦੀ ਆ ਸਾਰਾ ਕੁਛ ਕਰੀਦਾ ਇਹ ਚੀਜ਼ਾਂ ਨਾਲ ਆਪਾਂ ਅਟੈਚ ਹੋ ਚੁੱਕੇ ਹਾਂ ਵੀ ਜਿਹੜੀ ਜਨਰੇਸ਼ਨ ਹੁਣ ਬਿਲਕੁਲ ਹੀ ਟੁੱਟ ਚੁੱਕੀ ਆ ਇਹ ਇੰਨਾ ਧੱਕਾ ਨਾ ਕਰੋ ਕਿਉਂਕਿ ਜਦੋਂ ਜਮ੍ਹਾਂ ਟੁੱਟ ਗਏ ਤਾਂ ਇਹਦੀ ਆਪਣੇ ਵਾਸਤੇ ਜਦੋਂ ਆਪਾਂ ਉੱਥੇ ਜਾਵਾਂਗੇ ਨਹੀਂ ਤਾਂ ਉਹਦੀ ਕਦਰ ਨਹੀਂ ਰਹੂ ਤਾਂ ਆਪਾਂ ਵੇਚ ਦਾਂਗੇ ਅਤੇ ਇਹੀ ਤਾਂ ਫਿਰ ਸਾਰੇ ਚਾਹੁੰਦੇ ਆ ਕੋਈ ਵੀ ਚੀਜ਼ ਲਾ ਲਓ ਜਿਹੜੇ ਖੇਤੀ ਕਾਨੂੰਨ ਆਏ ਸੀ ਉਹ ਤਾਂ ਚਾਹੁੰਦੇ ਇਹ ਆ ਵੀ ਆਪਾਂ ਜ਼ਮੀਨ ਵੇਚ ਦਈਏ ਅਤੇ ਕੋਈ ਕੰਮ ਕਰੇ ਨਾ ਕਰੇ ਉਹ ਤਾਂ ਪਾਲਦੇ ਨੇ ਇਹ ਚੀਜ਼ ਆਪਾਂ ਆਪਦੀ ਚੀਜ਼ ਦੀ ਪਾਵਰ ਸਮਝੀਏ ਵੀ ਆਪਣੇ ਕੋਲ ਆਪਾਂ ਨੂੰ ਦਿੱਤਾ ਕੀ ਆਪਾਂ ਨੂੰ ਜੋ ਚੀਜ਼ ਮਿਲੀ ਆ ਉਹਦੇ 'ਤੇ ਆਪਾਂ ਅਚੀਵ ਕਰਨਾ ਹੁਣ ਕਰਨਾ ਕੀ ਹੈ ਇੱਥੇ ਚੀਜ਼ ਹਰ ਚੀਜ਼ ਉੱਗ ਸਕਦੀ ਆ ਆਪਾਂ ਰੇਹ ਸਪਰੇਅ ਤੋਂ ਬਿਨਾਂ ਚੀਜ਼ ਉਗਾਈਏ ਡਿਮਾਂਡ ਵੀ ਹੈਗੀ ਆ ਕਸਟਮਰ ਵੀ ਹੈਗੇ ਆ ਪਹਿਲਾਂ ਆਪਾਂ ਪੈਦਾ ਕਰੀਏ ਪਹਿਲਾਂ ਤਾਂ ਆਪਾਂ ਆਪ ਖਾਈਏ ਹਰੇਕ ਪਰਿਵਾਰ 'ਚ 4 ਤੋਂ 5 ਜੀਅ ਆ ਸਿਰਫ ਜੇ ਕੋਈ ਛੋਟਾ ਕਿਸਾਨ ਆ ਇੱਕੋ ਮੇਰੇ ਹਿਸਾਬ ਨਾਲ 3 ਜਾਂ 4 ਪਰਿਵਾਰਾਂ ਨੂੰ ਹੀ ਸਮਾਨ ਮਸਾਂ ਪ੍ਰੋਵਾਈਡ ਕਰ ਸਕਦਾ ਜੇ ਉਹ ਪਿਓਰ ਸ਼ੁੱਧ ਚੀਜ਼ ਪੈਦਾ ਕਰਦਾ ਸਿਰਫ 5 ਪਰਿਵਾਰ ਮੇਰੇ ਹਿਸਾਬ ਨਾਲ 2 ਕੋਈ ਟੀਚਰ ਪ੍ਰੋਫੈਸਰ ਲਾ ਲਓ ਕੋਈ ਹੋਰ ਅਫਸਰ ਲਾ ਲਓ 5 ਪਰਿਵਾਰਾਂ ਨੂੰ ਇੱਕ ਛੋਟਾ ਕਿਸਾਨ ਮਸਾਂ ਪੂਰਾ ਸਮਾਨ ਕਰਕੇ ਦੇਊਗਾ ਜੇ ਓਵਰਆਲ ਉਹਦੀ ਸਬਜ਼ੀ ਫਰੂਟ ਵਗੈਰਾ ਦੁੱਧ ਦਹੀਂ ਲੱਸੀ ਉਹਨੂੰ ਪੈਦਾ ਕਰਕੇ ਦੇਵੇ ਰੇਟ ਦੇਣ ਨੂੰ ਤਿਆਰ ਨੇ ਲੋਕ ਇਹ ਐਡੀ ਗੱਲ ਨਹੀਂ ਹੈਗੀ ਵੀ ਨਹੀਂ ਮਿਲਦਾ ਪਹਿਲੀ ਗੱਲ ਤਾਂ ਪੈਦਾਵਾਰ ਹੀ ਘੱਟ ਹੈ ਅਤੇ ਬਾਕੀ ਲੋਕ ਡਿਮਾਂਡ ਵੀ ਕਰਨਗੇ ਲੋਕਾਂ ਵਿੱਚ ਹੁਣ ਜਾਗਰੂਕਤਾ ਆ ਰਹੀ ਹੈ ਵੀ ਆਪਾਂ ਕੀ ਚੀਜ਼ ਖਾਣੀ ਹੈ ਕੀ ਨਹੀਂ ਖਾਣੀ ਡੁਪਲੀਕੇਟੀ ਵੱਧ ਚੁੱਕੀ ਹੈ ਬਹੁਤ ਜ਼ਿਆਦਾ ਕੈਂਸਰ ਦਾ ਕਾਰਨ ਹੀ ਇਹ ਹੈ ਰੇਹਾਂ ਸਪਰੇਹਾਂ ਯੂਰੀਏ ਵਾਲੀ ਕਣਕ DAP ਹੋਰ ਜੋ ਵੀ ਆਪਾਂ ਕਰਦੇ ਹਾਂ ਜਿਵੇਂ ਕਈ ਚੀਜ਼ਾਂ ਦਾ ਆਪਾਂ ਨੂੰ ਹੁਣ ਇਲਮ ਹੋਇਆ ਵੀ
ਜਿਵੇਂ ਮੂੰਗੀ ਆ ਗਈ, ਦਾਲ ਬਣਾਉਂਦੇ ਆਪਾਂ ਦਾਲ ਪ੍ਰੋਟੀਨ ਲਈ ਖਾਂਦੇ ਹਾਂ, ਪਰ ਜਦੋਂ ਮੂੰਗੀ ਵਗੈਰਾ ਸੱਠੀ ਮੂੰਗੀ ਹੁੰਦੀ ਹੈ ਜਿਹੜੀ, ਜਦੋਂ ਉਹਨੂੰ ਪੱਕ ਜਾਂਦੀ ਆ ਉਹਨੂੰ ਇੱਕ ਦਿਨ ਉਹਦੇ ਇੱਕ ਦਿਨ ਪਹਿਲਾਂ ਸਪਰੇਅ ਕਰ ਦਿੱਤੀ ਜਾਂਦੀ ਹੈ ਵੀ ਕੱਲ੍ਹ ਨੂੰ ਇਹ ਵੱਢਣੀ ਹੈ। ਕੋਈ ਵੀ ਚੀਜ਼ ਜੋ ਵੀ ਬੰਦਾ ਖਾਂਦਾ ਉਹ ਇੱਕ ਵਾਰੀ ਉਹਦੀ ਪੜਚੋਲ ਜ਼ਰੂਰ ਕਰੂ ਵੀ ਇਹ ਕਿੱਥੇ ਹੈਗਾ, ਇਹ ਕਿਵੇਂ ਉੱਗਦੀ ਹੈ, ਕਿਵੇਂ ਹੈ। ਸਾਰਾ ਸਿਸਟਮ ਨੂੰ ਆਮ ਲੋਕਾਂ ਨੂੰ ਵੀ ਸਮਝਣਾ ਇਹ ਉਹਨਾਂ ਦਾ ਫਰਜ਼ ਹੈ। ਜੇ ਉਹ ਸਮਝਣਗੇ ਫਿਰ ਹੀ ਉਹ ਕਿਨਾਰਾ ਕਰਨਗੇ ਉਹ ਚੀਜ਼ਾਂ ਖਾਣ ਤੋਂ। ਜਦੋਂ ਉਹ ਖਾਣੋਂ ਹਟਣਗੇ ਤਾਂ ਉਹ ਚੰਗੀ ਚੀਜ਼ ਦੀ ਡਿਮਾਂਡ ਕਰਨਗੇ ਕਿਸਾਨ ਪੈਦਾ ਕਰਕੇ ਤੋਂ। ਕਿਸਾਨ ਨੇ ਸਾਰੀ ਉਮਰ ਪਹਿਲਾਂ ਇਹ ਤੋਂ 10 ਸਾਲ 15-20 ਸਾਲ ਪਹਿਲਾਂ ਇਹੀ ਚੀਜ਼ ਕੀਤੀ ਆ। ਇਹ ਨਹੀਂ ਆਪਾਂ ਕਹਿ ਸਕਦੇ ਵੀ ਕਿਸਾਨ ਨੂੰ ਪਤਾ ਨਹੀਂ ਵੀ ਕਿਵੇਂ ਚੰਗੀ ਚੀਜ਼ ਜ਼ਹਿਰ ਮੁਕਤ ਚੀਜ਼ ਕਿਵੇਂ ਉੱਗਦੀ ਆ, ਪਤਾ ਉਹਨੂੰ ਸਭ ਹੈ, ਪਰ ਅੱਗੋਂ ਡਿਮਾਂਡ ਨਹੀਂ ਆ ਰਹੀ। ਡਿਮਾਂਡ ਕਰਨਾ ਲੋਕਾਂ ਦਾ ਫਰਜ਼ ਹੈ, ਚੰਗੀ ਚੀਜ਼ ਦੀ ਡਿਮਾਂਡ ਕਰੋ। ਜੇ ਆਪਾਂ ਅੱਜ ਡਿਮਾਂਡ ਕਰਾਂਗੇ ਤਾਂ ਹੌਲੀ ਹੌਲੀ ਕਿਸਾਨ ਉਗਾਊਗਾ, ਅੱਜ ਆਪਾਂ ਖਾਵਾਂਗੇ ਤਾਂ ਆਪਣੀ ਆਉਣ ਵਾਲੀ ਪੀੜ੍ਹੀ ਖਾਊ, ਤਾਂ ਹੀ ਉਹ ਜਿਹੜੇ ਆਪਾਂ ਹੁਣ ਬਿਮਾਰੀਆਂ ਲਵਾ ਚੁੱਕੇ ਹਾਂ ਕੈਂਸਰ ਵਗੈਰਾ, ਤਾਂ ਉਹਨਾਂ ਤੋਂ ਛੁਟਕਾਰਾ ਹੋ ਸਕਦਾ। ਪਹਿਲੀ ਗੱਲ ਤਾਂ ਸਾਦਾ ਖਾਓ, ਘੱਟ ਤੋਂ ਘੱਟ ਖਾਓ, ਅਤੇ ਹੋ ਸਕੇ ਤਾਂ ਡਾਇਰੈਕਟ ਕਿਸਾਨ ਤੋਂ ਚੀਜ਼ ਲਓ ਵੀ, ਤਾਂ ਜੋ ਤੁਹਾਨੂੰ ਪਤਾ ਹੋਵੇ ਵੀ ਇਹ ਬੰਦਾ ਕਿਵੇਂ ਦੀ ਚੀਜ਼ ਉਗਾਉਂਦਾ, ਕੀ ਗੱਲਬਾਤ ਹੈ। ਐਵੇਂ ਪਲਾਸਟਿਕ ਵਾਲਾ ਦੁੱਧ ਆ ਰਿਹਾ, ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚੋ। ਜੇਕਰ ਤੁਹਾਨੂੰ ਆਪਣਾ ਇਹ ਸੁਝਾਅ ਚੰਗਾ ਲੱਗਿਆ ਜਾਂ ਮਾੜਾ ਵੀ ਲੱਗਿਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਬਾਈ ਜੀ ਇੱਥੇ ਤੁਸੀਂ ਗਲਤ ਹੋ। ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਦੋਸਤੋ।